ਨਮਸਕਾਰ ਜੀ, ਮੈਂ ਅਵਤਾਰ ਲਾਲ, UPI ਨਿਊਜ਼, ਜ਼ਿਲ੍ਹਾ ਕਪੂਰਥਲਾ। ਅੱਜ ਅਸੀਂ ਪਹੁੰਚੇ ਹਾਂ ਪਿੰਡ ਰਮੇਦੀ ਦੇ ਨੰਬਰਦਾਰ ਸਰਦਾਰ ਬਲਜੀਤ ਸਿੰਘ ਜੀ ਦੇ ਕੋਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਜੀਤ ਸਿੰਘ, ਸਰੋਲਾ ਨੰਬਰਦਾਰ, ਪਿੰਡ ਰਮੇਦੀ, ਜ਼ਿਲ੍ਹਾ ਕਪੂਰਥਲਾ ਜੀ। ਸਰਦਾਰ ਜੀ, ਆਪਣੀ ਨੰਬਰਦਾਰੀ ਦੇ ਦਰਮਿਆਨ ਜਿਵੇਂ ਕਿ ਇਸ ਤੋਂ ਪਹਿਲਾਂ ਤੁਹਾਡੇ ਪਿਤਾ ਜੀ ਵੀ ਸੀਗੇ, ਅਤੇ ਕਿਹੜੇ ਕਿਹੜੇ ਕੰਮ ਜੋ ਤੁਸੀਂ ਕਰ ਰਹੇ ਹੋ? ਜੀ, ਨੰਬਰਦਾਰੀ ਦਾ ਇਹ ਕੰਮ ਹੁੰਦਾ ਰਜਿਸਟਰੀ ਕਰਨਾ, ਬੰਦੇ ਨੂੰ ਤਸਦੀਕ ਕਰਨਾ, ਅਤੇ ਆਪਣਾ ਜੋ ਵੀ ਆਇਆ ਕੋਈ ਲੋੜਵੰਦ ਉਹਦੇ ਸੈਂਸੋ ਕਰਕੇ ਜੋ ਵੀ ਕੀਮਤ ਹੋਣਾ ਚਾਹੁੰਦੀ ਉਹ ਤੋਂ ਜਾਣੂ ਕਰਨਾ ਹੁੰਦਾ। ਠੀਕ ਹੈ, ਜੋ ਵੀ ਸਾਨੂੰ ਉੱਤੋਂ ਹਦਾਇਤ ਹੁੰਦੀ ਹੈ ਫਿਰ ਉਹਦੇ ਹਿਸਾਬ ਨਾਲ ਕਰਨਾ ਹੁੰਦਾ। ਜਿਵੇਂ ਕਿ ਜੋ ਮਾਣ ਭੱਤਾ ਤੁਹਾਡਾ ਆ ਰਿਹਾ 1500 ਰੁਪਏ ਆ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ, 1500 'ਚ ਸਾਡਾ ਤੇਲ ਨਹੀਂ ਪੂਰਾ ਹੁੰਦਾ, ਸੋ ਇੱਥੇ ਆ ਜਾਂਦਾ ਕੋਈ ਚਾਹ ਪਾਣੀ ਆ ਜਾਂਦਾ, ਉਹ ਫਿਲਹਾਲ ਉਹ ਹੀ ਹੁੰਦਾ ਪੂਰਾ ਨਾ। ਹੁਣ ਜੇ ਕਿਸੇ ਨਾਲ ਗਏ ਆ ਆਪਾਂ ਦਿਹਾੜੀ ਭੰਨ ਕੇ ਜਾਣਾ, ਆਪਣਾ ਕੰਮ ਪਿੱਛੇ ਦਿਹਾੜੀ ਕਰਕੇ ਲਾ ਕੇ ਬੰਦੇ ਨੂੰ ਫੇਰ ਜਾਵਾਂਗੇ ਉੱਥੇ। ਹਾਂਜੀ, ਉਹ ਥੋੜ੍ਹਾ ਵਧਣਾ ਚਾਹੀਦਾ। ਕੀ ਮੰਗ ਰੱਖਦੇ? ਮੰਗ ਵੀ 5000 ਦੇ ਲਾਗੇ ਛੱਗੇ, ਅਸੀਂ ਵੱਧ ਮੰਗ ਹੀ ਨਹੀਂ ਰੱਖਦੇ। ਜਿਵੇਂ ਕਿ ਤੁਸੀਂ ਆਉਂਦੇ ਜਾਂਦੇ ਹੋ, ਬੱਸ ਕਿਰਾਇਆ ਜਾਂ ਕੋਈ ਟੂਲ ਪਲਾਜ਼ਾ, ਕੋਈ ਤੁਹਾਨੂੰ ਇਹਦੇ ਸਹਾਇਤਾ ਹੈ ਸਰਕਾਰ ਵੱਲੋਂ? ਨਾ ਜੀ, ਕੋਈ ਸਹਾਇਤਾ ਨਹੀਂ ਜੀ। ਸਾਨੂੰ ਇੱਕ ਬੱਸ ਸਿਰਫ ਇਹ ਆਪਣੀ ਤਹਿਸੀਲ ਦੇ ਵਿੱਚ ਆ, ਪਾਰਕਿੰਗ ਫਰੀ ਆ ਗੱਡੀ ਦੀ, ਸਕੂਟਰ ਦੀ, ਮੋਟਰਸਾਈਕਲ ਦੀ। ਫਿਲਹਾਲ ਹੋਰ ਕੋਈ ਨਹੀਂ। ਜੇ ਟੂਲ ਪਲਾਜ਼ਾ ਹੀ ਜਾਵੇ ਉਹ ਵੀ ਸਾਡੇ ਕੋਲ ਲੈਂਦੇ ਆ ਪੂਰਾ ਕੱਟਦੇ ਪਏ, ਜੇ ਨਾਲ ਤਹਿਸੀਲ 'ਚ ਕੋਈ ਕਮਰਾ ਆ ਜਾਵੇ ਉੱਥੇ ਵੀ ਬਾਹਰ ਹੀ ਬੈਂਚਾਂ ਬੁੰਚਾਂ 'ਤੇ ਬਹਿ ਕੇ ਆਪਣਾ ਕੰਮ ਸਾਰੀ ਰਹੇ। ਮੌਕੇ ਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹਦੇ ਪ੍ਰਤੀ? ਇੱਕ ਇਹਦੇ ਪ੍ਰਤੀ ਹੈ ਜੀ, ਇੱਕ ਟੂਲ ਪਲਾਜ਼ੇ ਫਰੀ ਹੋਣੇ ਚਾਹੀਦੇ, ਬੱਸ ਕਿਰਾਇਆ ਫਰੀ ਹੋਣਾ ਚਾਹੀਦਾ ਆ, ਜੇ ਕਚਹਿਰੀ ਹੋਵੇ ਜਾਂ ਤਹਿਸੀਲ ਹੋਵੇ ਉਹਦੇ ਵਿੱਚ ਸਾਨੂੰ ਪਾਰਕਿੰਗ ਫਰੀ ਚਾਹੀਦੀ ਆ, ਅਤੇ ਤਹਿਸੀਲ ਦੇ ਵਿੱਚ ਕਮਰਾ ਚਾਹੀਦਾ ਨੰਬਰਦਾਰਾਂ ਦੀ। ਜਿਵੇਂ ਕਿ ਕਿਸਾਨ ਵੀਰ ਲਗਾਤਾਰ ਕਿਸੇ ਨਾ ਕਿਸੇ ਪ੍ਰਕਾਰ ਧਰਨੇ ਪ੍ਰਦਰਸ਼ਨ ਕਰ ਰਹੇ ਆ, ਉਹਦੇ ਬਾਰੇ ਤੁਸੀਂ ਕਿਸਾਨ ਵੀਰਾਂ ਜਾਂ ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੀਦਾ? ਦੇਖੋ, ਜੋ ਵੀ ਕਿਸਾਨ ਹੈ ਨਾ, ਜਿਹੜੇ ਆਪਾਂ ਖੇਤੀ ਕਰਦੇ ਹਾਂ, ਖੇਤੀ ਦੇ ਵਿੱਚ ਮਹੀਂ ਪੂਰਾ ਪੂਰਾ ਆਉਂਦਾ ਆ। ਜੇ ਆਪਾਂ ਖਰਚਾ ਕਰੀਏ, ਖਰਚ ਦਾ ਜੀ 15000 ਰੁਪਏ ਝੋਨੇ ਦੇ ਆਉਂਦਾ ਆ, ਅਤੇ 15 ਕਿਲਾ ਲਓ ਫਸਲ ਸਾਲ ਦਾ, 30000 ਕਿੱਲੇ ਦਾ ਇਹ ਖਰਚਾ ਆ ਜੀ। 30 'ਚੋਂ ਮਹੀਂ 10,000 ਰੁਪਈਆ ਬਚਦਾ ਆ ਜ਼ਿਮੀਂਦਾਰ ਨੂੰ ਕਿੱਲੇ ਦੇ ਵਿੱਚੋਂ ਸਾਲ ਦਾ ਜੀ। ਅਤੇ ਬਾਕੀ ਦੇਖ ਲਓ, ਸਾਲ ਦੇ ਵਿੱਚੋਂ ਆਪਣਾ ਬੱਚਿਆਂ ਦੀ ਫੀਸ ਵੀ ਹੁੰਦੀ ਆ, ਸਾਰਾ ਕੁਝ ਘਰ ਦਾ ਬਿੱਲ ਬੁੱਲ ਸਾਰਾ ਕੁਝ ਦੇਣਾ ਪੈਂਦਾ ਆ। ਉਹ ਸਰਕਾਰ ਨੂੰ ਇਹ ਬੇਨਤੀ, ਹੱਥ ਜੁੜ ਕੇ ਬੇਨਤੀ ਆ ਵੀ ਜੋ ਵੀ ਇਸ ਆਪਣੇ ਜ਼ਿਮੀਂਦਾਰ ਮੰਗਾ ਫਸਲ ਦਾ, ਉਹ ਸਵਾਮੀ ਕੀ ਸਵਾਮੀ ਉਹਦੀ ਨਾਥਨ ਸਵਾਮੀ ਨਾਥਨ ਜੀ ਰਿਪੋਰਟ ਸਾਲ ਫਸਲ ਦਾ ਰੇਟ ਲਾਇਆ ਜਾਵੇ ਅਤੇ ਹਰੇਕ ਫਸਲ ਦਾ MSP ਬੰਨਿਆ ਜਾਵੇ।